ਮਾਸ਼ਾਅੱਲਾ ਕਿਸੇ ਦੇ ਬਹਾਨ ਬਣੇ ਉੱਚੀ ਜਗ੍ਹਾ ਤੇ ਅਸਲਾਮ ਅਲੈਕੁਮ ਆਇਆ ਮੁਹੰਮਦ ਤੈਰ ਤੋਂ ਸਵੇਰ ਦੇ ਪਾ ਮੇਰਾ ਯੂਟਿਊਬ ਚੈਨਲ ਤੈਰ ਖਾਨ ਵਲੌਗ ਦੋਸਤੋ ਅੱਜ ਦਾ ਪਿਆਰਾ ਜੀ ਮਜ਼ੇਦਾਰ ਵਲੌਗ ਕਰੇ ਨੇ ਸ਼ੁਰੂ ਜਿੰਨਾ ਦੋਸਤ ਮੇਰੇ ਚੈਨਲ ਹਾਲ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਦੇ ਸਬਸਕ੍ਰਾਈਬ ਕਰ ਲੈਣ ਲਾਈਕ ਕਰ ਲੈਣ ਦੋਸਤਾਂ ਨਾਲ ਸ਼ੇਅਰ ਕਰ ਲੈਣ ਅੱਜ ਮਜ਼ੇਦਾਰ ਵਲੌਗ ਕਰੇ ਨੇ ਸ਼ੁਰੂ ਅੱਜ ਦੀ ਰੂਟੀਨ ਸਾਰੀ ਤੁਹਾਡੇ ਨਾਲ ਸ਼ੇਅਰ ਕਰੇ ਨੇ ਦੋਸਤੋ ਸਵੇਰ ਨਾਲ ਹੀ ਮੈਂ ਮੋਟਰ ਤੇ ਆਇਆ ਤੇ ਜਿਸ ਟਾਈਮ ਇੱਥੇ ਪਹੁੰਚਿਆ ਮੈਂ ਜੇ ਵੀ ਹੱਥ ਮਾਰੇ ਮੋਬਾਈਲ ਕੋਈ ਨਾ ਵੱਤ ਮੈਂ ਕਿ ਹੁਣ ਤਾਂ ਨਾ ਆਵਾਂ ਤਾਂ ਹੁਣ ਪਹੁੰਚਿਆ ਵੱਤ ਹੁਣ ਇਸ ਟਾਈਮ ਇੱਕ ਹੋਣ ਵਾਲਾ ਮੁੜ ਮੈਂ ਗਈ ਹਾਂ ਘਰ ਕੋਈ ਸਬਜ਼ੀ ਲੈਣੀ ਉਹ ਦੇ ਕੇ ਮੋਬਾਈਲ ਚਾ ਲੈਂਦਾ ਤੁਹਾਨੂੰ ਪਤਾ ਕਿ ਮੋਬਾਈਲ ਤੋਂ ਸਿਵਾ ਸਾਡਾ ਗੁਜ਼ਾਰਾ ਨਹੀਂ ਆਉਂਦਾ ਟੱਚ ਮੋਬਾਈਲ ਸਿਵਾ ਅਤੇ ਮੈਂ ਕਿ ਹੁਣ ਵਲੌਗ ਬਣਾਵੀਏ ਅਤੇ ਅੱਜ ਤਾਂ ਮਜ਼ੇਦਾਰ ਵਲੌਗ ਬਹੁਤ ਮਜ਼ੇਦਾਰ ਹੋਣ ਵਾਲਾ ਅੱਜ ਤੁਹਾਨੂੰ ਵਿਖਾਉਂਦੇ ਹਾਂ ਆਪਣਾ ਮਾਹੌਲ ਅਤੇ ਟਿੱਬੇ ਸ਼ਿੱਬੇ ਬੈਕ ਸਾਈਡ ਤੋਂ ਦੇਖ ਸਕਦੇ ਟਿੱਬਿਆਂ ਨੂੰ ਬਹੁਤ ਵੀ ਆਈ ਪੀ ਮਾਹੌਲ ਹੈ ਪੀ ਆ ਆਊਟ ਕਲਾਸ ਐਂਡ ਦੇ ਛੋਲੇ ਵੀ ਖਾਂਦੇ ਹਾਂ ਤੁਹਾਨੂੰ ਇਨਸ਼ਾਅੱਲਾ ਇਸ ਟਾਈਮ ਵੀ ਵਾਰ ਮੈਂ ਬੰਨ ਤੇ ਪਹੁੰਚ ਆਇਆ ਮਕਸਦ ਇੱਕ ਜਿਹੜਾ ਬੰਨ ਬਣਾਇਆ ਹੋਇਆ ਨਾ ਮੈਂ ਇਸ ਜਗ੍ਹਾ ਤੇ ਆਇਆ ਹੋਇਆ ਤਾਂ ਵੇਖ ਸਕਦੇ ਬੰਨ ਬਣੇ ਉੱਚੀ ਜਗ੍ਹਾ ਹੈ ਅਤੇ ਇਹ ਮਾਸ਼ਾਅੱਲਾ ਜਿੱਕੀ ਇਹ ਬੰਨ ਬਣੇ ਉਹਨਾਂ ਉੱਚੇ ਮੇਹ ਨਹੀਂ ਕਰੇ ਰੇਤਾਂ ਵਿੱਚ ਕੱਢੇ ਹੋਏ ਉੱਤਾਂ ਅਤੇ ਵਿੱਚ ਕਣਕ ਇਹ ਪਈ ਬਾਕੀ ਵੇਖ ਸਕਦੇ ਹੋ ਮਾਸ਼ਾਅੱਲਾ ਬਹੁਤ ਅੱਛੀ ਕਣਕ ਪਈ ਹੈ ਇਹ ਵੀ ਵਾਰ 5 ਏਕੜ ਪਈ ਜਿਹੜੀ ਆਬਾਦ ਹੈ ਪਈ ਜਿਹੜੀ ਕਣਕ ਗੱਡੀ ਪਈ ਹੈ 5 ਏਕੜ ਬਣਦੀ ਹੈ ਅਤੇ ਬਾਕੀ ਤੁਸੀਂ ਵੇਖ ਸਕਦੇ ਹੋ ਟਿੱਬੇ ਦੇ ਉੱਤੇ ਇਹ ਪੀ ਆ ਬੂਕਲ ਦਾ ਬੂਟਾ ਸੱਸ ਲੈਂਦੇ ਹਾਂ ਬੂਕਲ ਇਹ ਹੁਣ ਬੂਟਾ ਬਹੁਤ ਵੱਡਾ ਹੋਇਆ ਖਲੋਤਾ ਹੈ ਛੋਲਿਆਂ 'ਚ ਬੂਟ ਜੰਮਦੀ ਹੈ ਬੂਟੀ ਆਉਂਦੀ ਹੈ ਅਤੇ ਬਾਕੀ ਵੇਖ ਸਕਦੇ ਹੋ ਮਾਹੌਲ ਕਿਤਨਾ ਖੂਬਸੂਰਤ ਔਰ ਵੀ ਆਈ ਪੀ ਮਾਹੌਲ ਹੈ ਸਾਰੇ ਇੱਦੋਂ ਟਿੱਬੇ ਟਿੱਬੇ ਨੇ ਇਸ ਸਾਈਡ ਤੋਂ ਤਾਂ ਏਡੇ ਵੱਡੇ ਟਿੱਬੇ ਕਿਹ ਨਹੀਂ ਲੇਕਿਨ ਜਿੱਥੇ ਉਹ ਪਲੇਟਾਂ ਤਾਂ ਨਜ਼ਰ ਆਉਂਦੀਆਂ ਪਈਆਂ ਇਸ ਤੋਂ ਬਾਅਦ ਟਿੱਬੇ ਨੇ ਪਹਿਲੇ ਕਿ ਨੇ ਜਿਹੜਾ ਗੁਦਿਲਾ ਉਹ ਸਵੇਰ ਦੇ ਪਏ ਉਹ ਵਾਟੇ ਵਾਟੇ ਤੁਹਾਨੂੰ ਮਹਿਸੂਸ ਹੁੰਦੇ ਪੈਣ ਖੱਗਲ ਜਿਹਾ ਵੇਖ ਸਕਦੇ ਹੋ ਇਹ ਰਕਬਾ ਮੋੜ ਅਗੂ ਆਬਾਦ ਹੈ ਪੀ ਸਾਰਾ ਇੱਥੇ ਪਲੇਟਾਂ ਹੀ ਲੱਗੀ ਖਾਤਿਨ ਮੈਂ ਵੀ ਕਹਿਣਾ ਤੁਹਾਨੂੰ ਯਾਰ ਬਲਕਿ ਪਲੇਟਾਂ ਨਜ਼ਰ ਨਹੀਂ ਆਉਂਦੀ ਉਸ ਟਿੱਬੇ ਦੀ ਓਡਰ ਦੀ ਪਰਲੀ ਸਾਈਡ ਤੋਂ ਮੇਰੀ ਵਾਰ ਜਿੱਥੇ ਮੈਂ ਆਇਆ ਖਾਤਾ ਇਹ ਪੀ ਰਜਨੀ ਕਹਿੰਦਾ ਰਕਬੇ ਦਾ ਆਦ ਬਣਦਾ ਹੈ ਅਕਬਾ ਅੱਧਾ ਇਸ ਸਾਈਡ ਤੋਂ ਬਣਦਾ ਅਤੇ ਅੱਧਾ ਇਸ ਸਾਈਡ ਤੋਂ ਅਤੇ ਮਾਸ਼ਾਅੱਲਾ ਸਾਹਮਣੇ ਵੇ ਤੇ ਪਏ ਉਹ ਕੱਸੀ ਹੈ ਪਈ ਅਤੇ ਅੱਜ ਤੋਂ ਕੱਸੀ ਹੱਟਦੀ ਪਈ ਹੈ ਅੱਜ ਇਸ ਪਲਾਟ ਦੇ ਵਿੱਚ ਵੀ ਵਾਰ ਰਹਿ ਗਈਆਂ ਹਨ 4 ਕਿਆਰੀਆਂ ਜਿਹੜੀ ਕਿਆਰੀ ਪਾਣੀ ਲੱਗ ਖੋਤਾ ਉਸ ਤੋਂ ਇਲਾਵਾ ਮੋੜ ਸਾ ਪਾਣੀ ਲੱਸਾਂ ਇਸ ਪਲਾਟ ਨੂੰ ਭਰਾ ਕੇ ਮੋੜ ਉਸ ਪਲਾਟ ਨੂੰ ਅਤੇ ਇਸ ਮੋੜ ਦਿਲਾ ਲਿਆ ਆਖਰੀ ਪਲਾਟ ਨੂੰ ਅਤੇ ਉਮੀਦ ਹੈ ਕਿ 4 ਕਿਆਰੀਆਂ ਆਉਂਦੀਆਂ ਅੱਜ ਕਲੀਅਰ ਹੋ ਸਨ ਕਿਉਂਕਿ ਸੂਰਜ ਸਹੀ ਤਰ੍ਹਾਂ ਨਾ ਰੋਸ਼ਨੀ ਨਹੀਂ ਆਉਂਦੀ ਪਈ ਕਿ ਮੌਸਮ ਥੋੜ੍ਹਾ ਥੋੜ੍ਹਾ ਖਰਾਬ ਅਤੇ ਸਮੋਕ ਜਿਹੀ ਇਹ ਪਈ ਮਹਿਸੂਸ ਆਉਂਦੀ ਅਤੇ ਬਾਕੀ ਵੇਖ ਸਕਦੇ ਹੋ ਮਾਸ਼ਾਅੱਲਾ ਇਸ ਪਲਾਟ 'ਤੇ ਮੈਨੂੰ ਅੱਜ 4ਵੀਂ 5ਵੀਂ ਦੀਵਾਰ ਹੈ ਪਈ ਅਸੀਂ ਇੱਕ ਪਲਾਟ 'ਤੇ ਚਲੋ ਅੱਛਾ ਮਾਸ਼ਾਅੱਲਾ ਕਿਤਨੀ ਸਾਵਲ ਦਿੰਦੀ ਪਈ ਹੈ ਕਣਕ ਅਲਹਮਦੁਲਿਲਾ ਦੋਸਤੋ ਅੱਜ ਦੀ ਛੋਟੀ ਜਿਹੀ ਵੀਡੀਓ 'ਤੇ ਕਰੇ ਨੇ ਅੱਜ ਥਾਂ ਐਂਡ ਉਮੀਦ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਅਸੀਂ ਅਗਰ ਸਾਡੀ ਵੀਡੀਓ ਅੱਛੀ ਲੱਗੀ ਸਾਡੇ ਚੈਨਲ ਦਾ ਰੋਜ਼ ਸਬਸਕ੍ਰਾਈਬ ਕਰੋ ਸੋ ਲਾਈਕ ਕਰੋ ਸੋ ਦੋਸਤਾਂ ਨਾਲ ਸ਼ੇਅਰ ਕਰੋ ਸੋ ਅਤੇ ਜ਼ਿੰਦਗੀ ਹੈ ਤਾਂ ਇਨਸ਼ਾਅੱਲਾ ਜਿਹੜੀ ਨਵੀਂ ਵੀਡੀਓ ਮੇਰੀ ਆਉਣ ਵਾਲੀ ਹੈ ਵਲੌਗ ਉਹ ਤੁਸੀਂ ਜ਼ਰੂਰ ਵੇਖਣਾ ਉਹ ਵਲੌਗ ਮੈਂ ਬਹੁਤ ਹੀ ਮਿਹਨਤ ਨਾਲ ਔਰ ਬੜਾ ਵੀ ਆਈ ਪੀ ਵਲੌਗ ਬਣਾਉਣ ਵਾਲਾ ਅਤੇ ਬਾਕੀ ਅੱਜ ਦੇ ਵਲੌਗ ਦਾ ਥਾਂ ਐਂਡ ਕਰੇ ਨੇ ਜ਼ਿੰਦਗੀ ਹੈ ਤਾਂ ਨਵੇਂ ਵਲੌਗ ਨਾਲ ਤਦ ਤੱਕ ਕੇ ਲਈ ਅੱਲਾ ਹਾਫਿਜ਼ ਬਾਏ ਬਾਏ।